ਵਿਆਹ ਚ ਗਿਆ ਸੀ ਪਰਿਵਾਰ, ਪਿੱਛੋਂ ਘਰ ਚ ਵੜ ਗਿਆ ਚੋਰ, ਕੱਢ ਕੇ ਲੈ ਗਿਆ ਲੱਖਾਂ ਰੁਪਏ ਸਮੇਤ ਹਜ਼ਾਰਾਂ ਡਾਲਰ। ਆ ਦੇਖ ਲੋ ਕਿਵੇਂ ਦਿਨ ਦਿਹਾੜੇ ਚੋਰ ਘਰ ਦੇ ਵਿੱਚ ਵੜ ਜਾਂਦਾ ਹੈ, ਜਿਵੇਂ ਇਸ ਨੂੰ ਕਿਸੇ ਦਾ ਕੋਈ ਖੌਫ ਹੀ ਨਹੀਂ ਹੁੰਦਾ। ਜਿਸ ਤੋਂ ਬਾਅਦ ਅੰਦਰ ਪਈ ਨਕਦੀ, ਜਿਸ ਦੇ ਵਿੱਚ ਕੈਨੇਡੀਅਨ ਡਾਲਰ, ਭਾਰਤੀ ਰੁਪਏ ਸਮੇਤ ਸੋਨੇ ਦੇ ਗਹਿਣੇ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਪੂਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਤਾਲਾ ਲੱਗਿਆ ਹੋਇਆ ਸੀ। ਤਾਂ ਤਿੰਨ ਚੋਰ ਹੁੰਦੇ ਨੇ, ਜਿਸ ਦੇ ਵਿੱਚੋਂ ਇੱਕ ਗਲੀ ਦੇ ਵਿੱਚ ਵੜਦਾ ਹੈ ਤੇ ਬਾਕੀ ਚੋਰ ਬਾਈਕ ਤੇ ਬੈਠ ਕੇ ਇਸਦਾ ਇੰਤਜ਼ਾਰ ਕਰਦੇ ਨੇ। ਤਾਂ ਪਹਿਲਾਂ ਤਾਂ ਉਹ ਗਲੀ ਦੇ ਵਿੱਚ ਗੇੜੇ ਕੱਢਦਾ ਰਹਿੰਦਾ ਹੈ ਤੇ ਫਿਰ ਬੇਖੌਫ ਹੋ ਕੇ ਉਹ ਘਰ ਦਾ ਗੇਟ ਟੱਪਦਾ ਹੋਇਆ ਅੰਦਰ ਦਾਖਲ ਹੋ ਜਾਂਦਾ ਹੈ। ਅੰਦਰ ਅਲਮਾਰੀ 'ਚ ਪਏ ਹਜ਼ਾਰਾਂ ਕੈਨੇਡੀਅਨ ਡਾਲਰ, ਲੱਖਾਂ 'ਚ ਭਾਰਤੀ ਰੁਪਏ ਅਤੇ ਸੋਨੇ ਦੇ ਗਹਿਣੇ ਚੁੱਕਦਾ ਹੈ ਤੇ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਜਾਂਦਾ ਹੈ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ਵਿੱਚ ਪਤੀ ਪਤਨੀ ਰਹਿੰਦੇ ਨੇ, ਜੋ ਕਿ ਸਵੇਰ ਸਮੇਂ ਆਪਣੇ ਘਰ ਨੂੰ ਤਾਲਾ ਲਗਾ ਕੇ ਵਿਆਹ ਤੇ ਗਏ ਹੋਏ ਸੀ। ਤਾਂ ਜਿਵੇਂ ਹੀ ਵਾਪਸ ਆ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ, ਦਰਵਾਜ਼ੇ ਖੁੱਲੇ ਹੁੰਦੇ ਨੇ, ਕਮਰਿਆਂ ਦਾ ਸਮਾਨ ਬਿਖਰਿਆ ਹੁੰਦਾ ਹੈ। ਤਾਂ ਜਦ ਅਲਮਾਰੀ ਵੇਖੀ ਤਾਂ ਚੋਰ ਸਾਰਾ ਪੈਸਾ ਸਫਾ ਚੱਟ ਕਰਕੇ ਫਰਾਰ ਹੋ ਗਿਆ ਹੁੰਦਾ ਹੈ। ਤਾਂ ਹੁਣ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਆਹ 'ਚ ਗਿਆ ਸੀ ਪਰਿਵਾਰ, ਪਿੱਛੋਂ ਘਰ 'ਚ ਵੜ ਗਿਆ ਚੋਰ, ਕੱਢ ਕੇ ਲੈ ਗਿਆ ਲੱਖਾਂ ਰੁਪਏ ਸਮੇਤ ਹਜ਼ਾਰਾਂ ਡਾਲਰ। ਆ ਦੇਖ ਲੋ ਕਿਵੇਂ ਦਿਨ ਦਿਹਾੜੇ ਚੋਰ ਘਰ ਦੇ ਵਿੱਚ ਵੜ ਜਾਂਦਾ ਹੈ, ਜਿਵੇਂ ਇਸ ਨੂੰ ਕਿਸੇ ਦਾ ਕੋਈ ਖੌਫ ਹੀ ਨਹੀਂ ਹੁੰਦਾ। ਜਿਸ ਤੋਂ ਬਾਅਦ ਅੰਦਰ ਪਈ ਨਕਦੀ, ਜਿਸ ਦੇ ਵਿੱਚ ਕੈਨੇਡੀਅਨ ਡਾਲਰ, ਭਾਰਤੀ ਰੁਪਏ ਸਮੇਤ ਸੋਨੇ ਦੇ ਗਹਿਣੇ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਪੂਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਤਾਲਾ ਲੱਗਿਆ ਹੋਇਆ ਸੀ। ਤਾਂ ਤਿੰਨ ਚੋਰ ਹੁੰਦੇ ਨੇ, ਜਿਸ ਦੇ ਵਿੱਚੋਂ ਇੱਕ ਗਲੀ ਦੇ ਵਿੱਚ ਵੜਦਾ ਹੈ ਤੇ ਬਾਕੀ ਚੋਰ ਬਾਈਕ ਤੇ ਬੈਠ ਕੇ ਇਸਦਾ ਇੰਤਜ਼ਾਰ ਕਰਦੇ ਨੇ। ਤਾਂ ਪਹਿਲਾਂ ਤਾਂ ਉਹ ਗਲੀ ਦੇ ਵਿੱਚ ਗੇੜੇ ਕੱਢਦਾ ਰਹਿੰਦਾ ਹੈ ਤੇ ਫਿਰ ਬੇਖੌਫ ਹੋ ਕੇ ਉਹ ਘਰ ਦਾ ਗੇਟ ਟੱਪਦਾ ਹੋਇਆ ਅੰਦਰ ਦਾਖਲ ਹੋ ਜਾਂਦਾ ਹੈ। ਅੰਦਰ ਅਲਮਾਰੀ 'ਚ ਪਏ ਹਜ਼ਾਰਾਂ ਕੈਨੇਡੀਅਨ ਡਾਲਰ, ਲੱਖਾਂ 'ਚ ਭਾਰਤੀ ਰੁਪਏ ਅਤੇ ਸੋਨੇ ਦੇ ਗਹਿਣੇ ਚੁੱਕਦਾ ਹੈ ਤੇ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਜਾਂਦਾ ਹੈ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ਵਿੱਚ ਪਤੀ ਪਤਨੀ ਰਹਿੰਦੇ ਨੇ, ਜੋ ਕਿ ਸਵੇਰ ਸਮੇਂ ਆਪਣੇ ਘਰ ਨੂੰ ਤਾਲਾ ਲਗਾ ਕੇ ਵਿਆਹ ਤੇ ਗਏ ਹੋਏ ਸੀ। ਤਾਂ ਜਿਵੇਂ ਹੀ ਵਾਪਸ ਆ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ, ਦਰਵਾਜ਼ੇ ਖੁੱਲੇ ਹੁੰਦੇ ਨੇ, ਕਮਰਿਆਂ ਦਾ ਸਮਾਨ ਬਿਖਰਿਆ ਹੁੰਦਾ ਹੈ। ਤਾਂ ਜਦ ਅਲਮਾਰੀ ਵੇਖੀ ਤਾਂ ਚੋਰ ਸਾਰਾ ਪੈਸਾ ਸਫਾ ਚੱਟ ਕਰਕੇ ਫਰਾਰ ਹੋ ਗਿਆ ਹੁੰਦਾ ਹੈ। ਤਾਂ ਹੁਣ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਆਹ 'ਚ ਗਿਆ ਸੀ ਪਰਿਵਾਰ, ਪਿੱਛੋਂ ਘਰ 'ਚ ਵੜ ਗਿਆ ਚੋਰ, ਕੱਢ ਕੇ ਲੈ ਗਿਆ ਲੱਖਾਂ ਰੁਪਏ ਸਮੇਤ ਹਜ਼ਾਰਾਂ ਡਾਲਰ। ਆ ਦੇਖ ਲੋ ਕਿਵੇਂ ਦਿਨ ਦਿਹਾੜੇ ਚੋਰ ਘਰ ਦੇ ਵਿੱਚ ਵੜ ਜਾਂਦਾ ਹੈ, ਜਿਵੇਂ ਇਸ ਨੂੰ ਕਿਸੇ ਦਾ ਕੋਈ ਖੌਫ ਹੀ ਨਹੀਂ ਹੁੰਦਾ। ਜਿਸ ਤੋਂ ਬਾਅਦ ਅੰਦਰ ਪਈ ਨਕਦੀ, ਜਿਸ ਦੇ ਵਿੱਚ ਕੈਨੇਡੀਅਨ ਡਾਲਰ, ਭਾਰਤੀ ਰੁਪਏ ਸਮੇਤ ਸੋਨੇ ਦੇ ਗਹਿਣੇ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਪੂਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਤਾਲਾ ਲੱਗਿਆ ਹੋਇਆ ਸੀ। ਤਾਂ ਤਿੰਨ ਚੋਰ ਹੁੰਦੇ ਨੇ, ਜਿਸ ਦੇ ਵਿੱਚੋਂ ਇੱਕ ਗਲੀ ਦੇ ਵਿੱਚ ਵੜਦਾ ਹੈ ਤੇ ਬਾਕੀ ਚੋਰ ਬਾਈਕ ਤੇ ਬੈਠ ਕੇ ਇਸਦਾ ਇੰਤਜ਼ਾਰ ਕਰਦੇ ਨੇ। ਤਾਂ ਪਹਿਲਾਂ ਤਾਂ ਉਹ ਗਲੀ ਦੇ ਵਿੱਚ ਗੇੜੇ ਕੱਢਦਾ ਰਹਿੰਦਾ ਹੈ ਤੇ ਫਿਰ ਬੇਖੌਫ ਹੋ ਕੇ ਉਹ ਘਰ ਦਾ ਗੇਟ ਟੱਪਦਾ ਹੋਇਆ ਅੰਦਰ ਦਾਖਲ ਹੋ ਜਾਂਦਾ ਹੈ। ਅੰਦਰ ਅਲਮਾਰੀ 'ਚ ਪਏ ਹਜ਼ਾਰਾਂ ਕੈਨੇਡੀਅਨ ਡਾਲਰ, ਲੱਖਾਂ 'ਚ ਭਾਰਤੀ ਰੁਪਏ
ਅਤੇ ਸੋਨੇ ਦੇ ਗਹਿਣੇ ਚੁੱਕਦਾ ਹੈ ਤੇ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਜਾਂਦਾ ਹੈ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ਵਿੱਚ ਪਤੀ ਪਤਨੀ ਰਹਿੰਦੇ ਨੇ ਜੋ ਕਿ ਸਵੇਰ ਸਮੇਂ ਆਪਣੇ ਘਰ ਨੂੰ ਤਾਲਾ ਲਗਾ ਕੇ ਵਿਆਹ ਤੇ ਗਏ ਹੋਏ ਸੀ ਤਾਂ ਜਿਵੇਂ ਹੀ ਵਾਪਸ ਆ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਦਰਵਾਜ਼ੇ ਖੁੱਲੇ ਹੁੰਦੇ ਨੇ, ਕਮਰਿਆਂ ਦਾ ਸਮਾਨ ਬਿਖਰਿਆ ਹੁੰਦਾ ਹੈ ਤਾਂ ਜਦ ਅਲਮਾਰੀ ਵੇਖੀ ਤਾਂ ਚੋਰ ਸਾਰਾ ਪੈਸਾ ਸਫਾ ਚੱਟ ਕਰਕੇ ਫਰਾਰ ਹੋ ਗਿਆ ਹੁੰਦਾ ਹੈ। ਤਾਂ ਹੁਣ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।